ਸਤਿਕਾਰ ਦਰਸ਼ਕੋ ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੀ ਹਾਂ ਇਸ ਖਾਸ ਸ਼ੋਅ ਵਿੱਚ ਦਰਸ਼ਕੋ ਅੱਜ ਇਸ ਸ਼ੋਅ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ BBS ਇੰਡੋ ਕੈਨੇਡੀਅਨ ਸਕੂਲ ਦੀ ਪ੍ਰਿੰਸੀਪਲ ਮੈਡਮ ਮਿਸਿਸ ਸ਼ੈਲਜਾ ਮੋਂਗਾ ਜੀ ਦੇ ਨਾਲ ਮਿਸਿਸ ਸ਼ੈਲਜਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਸ਼ੋਅ ਸਤਿ ਸ਼੍ਰੀ ਅਕਾਲ ਜੀ ਮੈਮ ਪਿਛਲੇ ਵੀਕ ਅਸੀਂ ਵਿਜ਼ਿਟ ਕੀਤਾ ਸੀ ਤੁਹਾਡੇ ਸਕੂਲ ਤੇ ਉੱਥੋਂ ਦੇ ਤੁਹਾਡੇ ਜਿਹੜੇ ਚੇਅਰਮੈਨ ਸਰ ਨੇ ਬਾਬਾ ਯਸ਼ਪ੍ਰੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਦੱਸਿਆ ਸੀ ਕਿਵੇਂ ਉਹਨਾਂ ਨੇ ਸਕੂਲ ਸ਼ੁਰੂ ਕੀਤਾ ਕੀ ਪ੍ਰੋਬਲਮਸ ਆਈਆਂ ਉਹਨਾਂ ਨੂੰ ਔਰ ਹੁਣ ਸਕਸੈਸਫੁਲੀ ਕਿਵੇਂ ਉਹ ਸਕੂਲ ਚਲਾ ਰਹੇ ਨੇ ਤੇ ਜੇ ਅਸੀਂ ਗੱਲ ਕਰੀਏ ਪ੍ਰਿੰਸੀਪਲ ਦੀ ਤੇ ਪ੍ਰਿੰਸੀਪਲ ਦਾ ਬਹੁਤ ਅਹਿਮ ਰੋਲ ਹੁੰਦਾ ਇੱਕ ਸਕੂਲ ਨੂੰ ਚਲਾਉਣ ਵਿੱਚ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ ਤੁਹਾਡੇ ਸਕੂਲ ਵਿੱਚ ਤੇ ਬਾਕੀ ਸਕੂਲ ਵਿੱਚ ਕੀ ਡਿਫਰੈਂਸ ਹੈ ਸਕੂਲ ਜੀ ਆਫਕੋਰਸ ਸਾਰੇ ਸਕੂਲ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇ ਸਾਡਾ ਸਕੂਲ ਵੀ ਸਭ ਤੋਂ ਪਹਿਲਾਂ ਤਾਂ ਮੁੱਢਲੀ ਸਿੱਖਿਆ 'ਤੇ ਹੀ ਧਿਆਨ ਦਿੰਦਾ ਹੈ ਅਤੇ ਮੁੱਢਲੀ ਸਿੱਖਿਆ ਦੇ ਵਿੱਚ ਨੋਰਮਲ ਜਿਹੜੇ ਲੋਕ ਨੇ ਉਹ ਅਕਸਰ ਇਹੀ ਗੱਲ ਕਰਦੇ ਨੇ ਕਿ ਜੀ ਕਿਤਾਬਾਂ ਕਿਹੜੀਆਂ ਨੇ ਬੋਰਡ ਕਿਹੜਾ ਹੈ ਅਤੇ ਕਿਸ ਤਰ੍ਹਾਂ ਦੀ ਪੜ੍ਹਾਈ ਹੋ ਰਹੀ ਹੈ ਲੇਕਿਨ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਸਿੱਖਿਆ ਕਰੀਕੁਲਮ ਦੇ ਵਿੱਚ ਸਾਰਾ ਕੁਛ ਹੀ ਇੰਕਲੂਡ ਹੁੰਦਾ ਬੱਚੇ ਦੇ ਸਕੂਲ ਦੇ ਐਂਟਰ ਹੋਣ ਤੋਂ ਐਗਜ਼ਿਟ ਹੋਣ ਤੱਕ ਉਹ ਜੋ ਕੁਛ ਵੀ ਕਰਦਾ ਹੈ ਸਕੂਲ ਦੇ ਵਿੱਚ ਉਹ ਸਾਰਾ ਸਕੂਲ ਦਾ ਕਰੀਕੁਲਮ ਹੁੰਦਾ ਅਤੇ ਉਹਦੇ ਵਿੱਚ ਬੁੱਕਸ ਦਾ ਬਹੁਤ ਇੰਪੋਰਟੈਂਟ ਰੋਲ ਹੈ ਅਤੇ ਸਾਡਾ ਸਭ ਤੋਂ ਪਹਿਲਾਂ ਜਿਹੜਾ USP ਅਤੇ ਡਿਫਰੈਂਸ ਅਸੀਂ ਕਵਾਂਗੇ ਸਾਡਾ ਹੈਗਾ ਜੀ ਸਟਰਕਚਰਡ ਕਰੀਕੁਲਮ ਇਹਦਾ ਇਸ ਤੋਂ ਭਾਵ ਇਹ ਹੈਗਾ ਕਿ ਜਿਵੇਂ ਨੋਰਮਲ ਸਕੂਲਸ ਜਾਂ ਬੁੱਕਸ ਹੁੰਦੀਆਂ ਨੇ ਆਪਾਂ ਹਰ ਇੱਕ ਬੁੱਕਸ ਅਲੱਗ ਅਲੱਗ ਪਬਲਿਸ਼ਰਸ 'ਤੇ ਫੋਕਸ ਕਰਦੇ ਹਾਂ ਆਹ ਇਸ ਕੰਪਨੀ ਦੀ ਅੱਛੀ ਹੈ ਉਹ ਬੁੱਕਸ ਜੀ ਕੋਰੋਡੋਵਾ ਦੀ ਅੱਛੀ ਹੈ ਜਾਂ XYZ ਕਿਸੇ ਵੀ ਕੰਪਨੀ ਦੀ ਆਪਾਂ ਇਹ ਨਹੀਂ ਸੋਚਦੇ ਇੱਕ ਬੱਚੇ ਨੇ ਜਿਹਨੇ 10 ਸਾਲ ਬਿਤਾਉਣੇ ਆ ਸਕੂਲ ਦੇ ਵਿੱਚ ਹਰ ਇੱਕ ਸਾਲ ਉਹਦੀ ਕੀ ਗ੍ਰੇਡੇਸ਼ਨ ਹੋ ਰਹੀ ਹੈ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਅਸੀਂ ਨੈਕਸਟ ਐਜੂਕੇਸ਼ਨ ਦਾ ਕਰੀਕੁਲਮ ਲੈ ਕੇ ਆਏ ਹਾਂ ਆਪਣੇ ਸਕੂਲ ਦੇ ਵਿੱਚ ਜਿਹੜਾ ਕਿ ਸਾਡਾ ਪ੍ਰੀ ਨਰਸਰੀ ਟੂ ਕਲਾਸ 6 ਸਾਰਾ ਹੀ ਅਸੀਂ ਨੈਕਸਟ ਦਾ ਹੀ ਲਿੱਤਾ ਹੈ ਉਹਦੇ ਵਿੱਚ ਕੀ ਹੈ ਹਰ ਇੱਕ ਈਅਰ ਦਾ ਇੱਕ ਆਪਣਾ ਪਲਾਨ ਹੈ ਕਿ ਬੱਚੇ ਨੇ ਕਿਸ ਤਰ੍ਹਾਂ ਕਿਸ ਸਾਲ ਕਿੰਨਾ ਸਿੱਖਣਾ ਸੋ ਦੈਟਸ ਦ ਬੈਸਟ ਪਾਰਟ ਸਾਡੇ ਸਕੂਲ ਦਾ ਕਿ ਅਸੀਂ ਜਿਹੜਾ ਸਾਡਾ ਕਰੀਕੁਲਮ ਹੈ ਉਹ ਬਹੁਤ ਹੀ ਸਟਰਕਚਰਡ ਹੈ ਬਹੁਤ ਹੀ ਪਲੈਨਡ ਹੈ ਹੋਰ ਅਗਰ ਆਪਾਂ ਵੱਖਰੀ ਗੱਲ ਕਰੀਏ ਉਹਦੇ ਵਿੱਚ ਅਸੀਂ ਐਟੀਕੇਟਸ ਦੇ ਵਿੱਚ ਸਭ ਤੋਂ ਜ਼ਿਆਦਾ ਧਿਆਨ ਦੇ ਰਹੇ ਹਾਂ ਬੱਚੇ ਬਹੁਤ ਵਧੀਆ ਪੜ੍ਹ ਜਾਂਦੇ ਨੇ ਵਧੀਆ ਗ੍ਰੇਡਸ ਲੈ ਜਾਂਦੇ ਨੇ ਲੇਕਿਨ ਆਪਾਂ ਵੈਲਿਊਜ਼ ਅਤੇ ਐਟੀਕੇਟਸ ਦੀ ਗੱਲ ਕਰੀਏ ਉਹ ਅੱਜ ਕੱਲ੍ਹ ਦੇ ਬੱਚਿਆਂ 'ਤੇ ਬਹੁਤ ਕਮੀ ਪਾਈ ਜਾਂਦੀ ਹੈ 95% ਵੀ ਹੁੰਦੇ ਬੱਚੇ ਉਹ ਵੱਡਿਆਂ ਨੂੰ ਵਿਸ਼ ਨਹੀਂ ਕਰਦੇ ਉਹਨਾਂ ਨੂੰ ਰਿਸਪੈਕਟ ਦੀ ਵੈਲਿਊ ਨਹੀਂ ਪਤਾ ਇਹ ਸਾਰੀ ਚੀਜ਼ਾਂ ਹੀ ਡਿਫਰੈਂਸ ਨੇ ਸਾਡੇ BBS ਇੰਡੋ ਕੈਨੇਡੀਅਨ ਸਕੂਲ ਦੇ ਵਿੱਚ ਕਿਉਂਕਿ ਇਹਦੇ ਵਿੱਚ ਇਹ ਬੱਚੇ ਰੋਜ਼ਾਨਾ ਇਸ ਚੀਜ਼ਾਂ ਨੂੰ ਇੰਬਾਈਬ ਕਰਦੇ ਨੇ ਸਿੱਖਦੇ ਨੇ ਉਹ ਇਹ ਚੀਜ਼ ਰੂਟੀਨ ਦੇ ਵਿੱਚ ਸਕੂਲ ਵਿੱਚ ਵੀ ਬਿਹੇਵ ਕਰਦੇ ਨੇ ਸਿੱਖਦੇ ਨੇ ਐਟੀਕੇਟ ਕਲਾਸਿਸ ਪਲੱਸ ਘਰ ਵੀ ਅਸੀਂ ਉਹਨਾਂ ਨੂੰ ਬਹੁਤ ਮੋਟੀਵੇਟ ਕਰਦੇ ਹਾਂ ਸਾਡੇ ਟੀਚਰਸ ਬਕਾਇਦਾ ਉਹਨਾਂ ਨੂੰ ਸੁਬਹਾ ਸ਼ਾਮ ਇਸ ਚੀਜ਼ ਵਾਸਤੇ ਗਾਈਡ ਕਰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ ਹੈ ਆਪਣੇ ਛੋਟਿਆਂ ਨੂੰ ਪਿਆਰ ਦੇਣਾ ਵੱਡਿਆਂ ਦਾ ਆਦਰ ਕਰਨਾ ਸਭ ਤੋਂ ਵੱਡਾ ਡਿਫਰੈਂਸ ਸਕੂਲ 'ਚ ਆਹੀ ਹੈ ਸਾਡੀ ਮੁੱਢਲੀ ਸਿੱਖਿਆ ਅਤੇ ਪਲੱਸ ਸਾਡੇ ਐਟੀਕੇਟਸ ਅਤੇ ਵੈਲਿਊਜ਼ ਜੀ ਮੈਮ ਡਿਫਰੈਂਸ ਦੀ ਗੱਲ ਹੋ ਰਹੀ ਹੈ ਇੱਕ ਡਿਫਰੈਂਸ ਅਸੀਂ ਦੇਖਿਆ ਕਿ ਜਿਹੜੇ ਨੋਰਮਲ ਸਕੂਲਸ ਹੈ ਉਹ 6 ਘੰਟੇ ਦੇ ਹੁੰਦੇ ਆ ਬਟ BBS ਇੰਡੋ ਕੈਨੇਡੀਅਨ ਸਕੂਲ ਐਕਸਟੈਂਡਡ ਆਰਸ 8 ਘੰਟੇ ਦਾ ਹੁੰਦਾ ਤੁਹਾਨੂੰ ਨਹੀਂ ਲੱਗਦਾ ਅੱਜ ਕੱਲ੍ਹ ਦੇ ਟਾਈਮ 'ਤੇ ਜਿੱਥੇ ਬੱਚਿਆਂ ਵਿੱਚ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਕਿ ਪੜ੍ਹਾਈ ਦੇ ਨਾਲ ਨਾਲ ਹੋਰ ਕੁਛ ਵੀ ਉਹਨਾਂ ਨੂੰ ਕਰਨਾ ਚਾਹੀਦਾ ਅਤੇ ਉਹਦੇ ਵਿੱਚ ਇਹ 8 ਘੰਟੇ ਦਾ ਪ੍ਰੈਸ਼ਰ ਉਹ ਝੇਲ ਲੈਣਗੇ ਬੱਚੇ ਤੁਸੀਂ ਹੁਣੇ ਡਿਫਰੈਂਸ ਦੀ ਗੱਲ ਕਰ ਰਹੇ ਸੀ BBS ਇੰਡੋ ਕੈਨੇਡੀਅਨ ਸਕੂਲ ਵਾਕਈ ਡਿਫਰੈਂਟ ਹੈ ਅਸੀਂ ਪ੍ਰੈਸ਼ਰ ਫਰੀ ਐਜੂਕੇਸ਼ਨ 'ਚ ਬਿਲੀਵ ਕਰਦੇ ਹਾਂ ਹੁਣ ਇਹ ਬਿਲਕੁਲ ਤੁਸੀਂ ਕਹਿ ਰਹੇ ਹੋ ਕੰਟਰਾਡਿਕਟਰੀ ਹੈ 8 ਘੰਟੇ ਦੇ ਸਕੂਲ ਦੇ ਹਿਸਾਬ ਨਾਲ ਉਹਦੇ ਵਿੱਚ ਡਿਫਰੈਂਸ ਕੀ ਹੈਗਾ ਜੀ 6 ਆਵਰਸ ਦੇ ਵਿੱਚ ਤਾਂ ਅਸੀਂ ਬੇਸਿਕਲੀ ਉਹੀ ਕਰਦੇ ਹਾਂ ਜਿਹੜੇ ਨੋਰਮਲ ਸਕੂਲਸ ਕਰਦੇ ਨੇ ਮੁੱਢਲੀ ਸਿੱਖਿਆ ਸਾਡੇ ਸਾਰੇ ਬੇਸਿਕ ਅਤੇ ਕੰਪਲਸਰੀ ਸਬਜੈਕਟਸ ਜਿੰਨਾ CBSE ਨੇ ਸਿਲੇਬਸ ਰੱਖਿਆ ਜੀ 10th ਤੱਕ ਉਹ ਸਾਰੇ ਸਕੂਲਸ ਨੂੰ ਪੂਰਾ ਕਰਨਾ ਪੈਂਦਾ ਅਸੀਂ ਵੀ ਉਹੀ ਕਰ ਰਹੇ ਹਾਂ ਸਾਨੂੰ ਜਿਹੜਾ ਕਿ ਸਾਡਾ ਮਿਸ਼ਨ ਸੀਗਾ BBS ਨੂੰ ਹਟ ਕੇ ਬਣਾਉਣ ਦਾ ਉਹ ਪੂਰਾ ਕਰਨ ਵਾਸਤੇ ਸਾਨੂੰ ਕੁਛ ਐਕਸਟਰਾ ਘੰਟਿਆਂ ਦੀ ਲੋੜ ਸੀ ਜਿਵੇਂ ਕਿ ਇਸ ਖੇਤਰ ਦੇ ਵਿੱਚ ਪੇਰੈਂਟਸ ਜ਼ਿਆਦਾ ਹੈਲਪ ਨਹੀਂ ਕਰ ਪਾਉਂਦੇ ਬੱਚਿਆਂ ਨੂੰ ਸਟੱਡੀਜ਼ ਦੇ ਵਿੱਚ ਉਹਨਾਂ ਨੂੰ ਬਹੁਤ ਗਾਈਡੈਂਸ ਦੀ ਜ਼ਰੂਰਤ ਪੈਂਦੀ ਹੈ ਘਰੇ ਜਿਹਦੇ ਕਾਰਨ ਟਿਊਸ਼ਨ ਕਲਚਰ ਡਿਵੈਲਪ ਹੁੰਦਾ ਅਸੀਂ ਉਸ ਕਲਚਰ ਨੂੰ ਰੋਕਦੇ ਹੋਏ ਸਕੂਲ ਦੇ ਵਿੱਚ ਹੀ ਰਿਮੀਡੀਅਲ ਕਲਾਸਿਸ ਦਾ ਅਰੇਂਜਮੈਂਟ ਕੀਤਾ ਹੈ ਜਿਹਦੇ ਵਿੱਚ ਬੱਚੇ ਜਿਨ੍ਹਾਂ ਨੂੰ ਛੋਟੇ ਛੋਟੇ ਸਬਜੈਕਟਸ 'ਚ ਛੋਟੀਆਂ ਛੋਟੀਆਂ ਦਿੱਕਤਾਂ ਹੈ ਉਹ ਬਕਾਇਦਾ ਇੰਡੀਵਿਜੁਅਲ ਅਟੈਂਸ਼ਨ ਨਾਲ ਟੀਚਰਸ ਉਹਨੂੰ ਦੂਰ ਕਰਦੇ ਨੇ ਅਸੀਂ ਸਪੈਸ਼ਲ ਟਾਈਮ ਸਲੋਟ ਦਿੱਤਾ ਹੈ ਜਿਹਦੇ ਵਿੱਚ SST ਦੇ ਟੀਚਰ ਸਿਰਫ SST ਦੇ ਸਟੂਡੈਂਟਸ ਨੂੰ ਲੈ ਕੇ ਬੈਠਦੇ ਨੇ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਐਕਸਟਰਾ ਗਾਈਡੈਂਸ ਦੀ ਜ਼ਰੂਰਤ ਹੈ ਉਹਦੇ ਵਾਸਤੇ ਟਾਈਮ ਤਾਂ ਐਕਸਟਰਾ ਚਾਹੀਦਾ ਹੀ ਹੈ ਜੀ ਪਲੱਸ ਅਸੀਂ ਸਪੋਕਨ ਇੰਗਲਿਸ਼ ਜਿਹੜਾ ਕਿ ਨੋਰਮਲ ਆਪਾਂ ਦੇਖੀਏ ਬੱਚੇ IELTS ਕਰਦੇ ਨੇ ਜਾਂ ਹੋਰ ਇੱਕ ਏਜ ਤੋਂ ਬਾਅਦ ਕੋਈ ਵੀ ਚੀਜ਼ ਸਿੱਖਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਅਤੇ ਆਪਾਂ ਉਸ ਪਰਫੈਕਸ਼ਨ ਨਾਲ ਉਹਨੂੰ ਸਿੱਖ ਨਹੀਂ ਪਾਉਂਦੇ
ਤੇ ਜੇ ਆਪਾਂ ਇਹ ਫਾਊਂਡੇਸ਼ਨ ਈਅਰਸ ਦੇ ਵਿੱਚ ਹੀ ਬੱਚਿਆਂ ਨੂੰ ਉਹ ਐਕਸਪੋਜਰ ਉਹ ਗਾਈਡੈਂਸ ਅਤੇ ਉਹ ਟ੍ਰੇਨਿੰਗ ਦੇ ਪਾਈਏ ਤਾਂ ਉਹਦਾ ਫਰੂਟਸ ਜ਼ਿਆਦਾ ਅੱਛੇ ਨਿਕਲਦੇ ਨੇ ਅਤੇ ਬਿਲਕੁਲ ਇਸੇ ਹੀ ਇੱਛਾ ਦੇ ਨਾਲ ਅਸੀਂ 8 hour ਸਕੂਲ ਰੱਖਿਆ ਤਾਂ ਕਿ ਅਸੀਂ ਬੱਚਿਆਂ ਨੂੰ ਸਪੋਕਨ ਇੰਗਲਿਸ਼ ਦੀ ਵੀ ਐਕਸਟਰਾ ਕਲਾਸਿਸ ਦੇ ਸਕੀਏ ਜਿਹਦਾ ਬਕਾਇਦਾ ਅਸੀਂ ਸਾਊਥ ਤੋਂ ਕਰੀਕੁਲਮ ਲਿੱਤਾ ਹੈ ਜੀ ਕਰੜੀ ਪਥ ਜਿਹੜਾ ਕਿ ਸਕੂਲ ਦੇ ਵਿੱਚ ਰੈਗੂਲਰ ਚੱਲ ਰਿਹਾ ਹੈਗਾ ਹਰ ਬੱਚਾ ਰਾਈਟ ਫਰੋਮ ਨਰਸਰੀ ਸਪੋਕਨ ਇੰਗਲਿਸ਼ ਕਰੀਕੁਲਮ ਦੇ ਵਿੱਚ ਹੈਗਾ ਗਾ ਮਤਲਬ ਇਹ ਕੋਈ 6th ਆਨਵਰਡ ਸਾਡੇ ਸਕੂਲ 'ਚ ਆਹੀ ਯੂਨੀਕਨੈਸ ਹੈ ਨੈਕਸਟ ਸਾਡੇ ਜੀ ਐਟੀਕੇਟ ਕਲਾਸਿਸ ਅਤੇ ਵੈਲਿਊਜ਼ ਨੋਰਮਲ ਮੋਰਲ ਸਾਇੰਸ ਸਬਜੈਕਟ ਹੁੰਦਾ ਜੀ ਸਾਡੇ ਸਕੂਲ 'ਚ ਅਸੀਂ ਵੈਲਿਊ ਐਜੂਕੇਸ਼ਨ ਪ੍ਰੈਕਟੀਕਲ ਨੌਲੇਜ ਦੇ ਥਰੂ ਕਰਦੇ ਹਾਂ ਬੱਚੇ ਸਟੋਰੀਜ਼ ਇਨੈਕਟਮੈਂਟ ਇਹ ਸਭ ਕੁਝ ਕਰਦੇ ਨੇ ਅਤੇ ਸਟੇਜ 'ਤੇ ਬਾਕਾਇਦਾ ਉਹਨੂੰ ਪਰਫੋਰਮ ਕਰਦੇ ਹੈ ਉਹਨਾਂ ਕੈਰੈਕਟਰਸ ਨੂੰ ਪਲੇ ਕਰਕੇ ਉਹ ਉਹਨਾਂ ਦੀ ਵੈਲਿਊ ਸਿੱਖਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਐਕਸਟੈਂਡਿਡ ਆਵਰਸ ਦਾ ਕੋਨਸੈਪਟ ਇੰਟਰੋਡਿਊਸ ਕਰਕੇ ਅਸੀਂ ਲੈ ਕੇ ਆਏ ਹਾਂ ਜੀ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਬੱਚਿਆਂ ਦਾ ਸਰਵ ਪੱਖੀ ਵਿਕਾਸ ਵੀ ਕਰਾ ਰਹੇ ਹੋ ਵਿੱਦਿਆ ਦੇ ਨਾਲ ਨਾਲ ਜੀ 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 ਅਸੀਂ ਜਦੋਂ ਗੱਲ ਕੀਤੀ ਸੀ ਚੇਅਰਮੈਨ ਸਰ ਨਾਲ ਉਹਨਾਂ ਨੇ ਦੱਸਿਆ ਸੀ ਕਿ ਕੈਨੇਡੀਅਨ ਐਜੂਕੇਸ਼ਨ ਸਿਸਟਮ ਤੋਂ ਪ੍ਰਭਾਵਿਤ ਹੈ BBS ਇੰਡੋ ਕੈਨੇਡੀਅਨ ਸਕੂਲ ਜੀ ਉਸ ਬਾਰੇ ਕੀ ਕਹੋਗੇ ਤੁਸੀਂ ਕੈਨੇਡੀਅਨ ਸਿਸਟਮ ਤੋਂ ਪ੍ਰਭਾਵ ਦਾ ਮਤਲਬ ਥੋੜ੍ਹਾ ਜਿਹਾ ਕੈਨੇਡਾ ਜਦੋਂ ਵਰਡ ਆ ਜਾਂਦਾ ਸਾਰੀ ਸਾਰੇ ਪੰਜਾਬੀ ਫੁੱਲੇ ਨਹੀਂ ਸਮਾਉਂਦੇ ਹੈ ਨਾ ਸਭ ਦਾ ਇੱਕੋ ਸੁਪਨਾ ਹੈਗਾ ਕੈਨੇਡਾ ਵੱਲ ਭੱਜਣਾ ਜੀ ਅਸੀਂ ਇਸ ਕਲਚਰ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਲੇਕਿਨ ਅਸੀਂ ਆਪਣੇ ਬੱਚਿਆਂ ਨੂੰ ਉਹ ਐਕਸਪੋਜ਼ਰ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਲਾਈਫ ਦੇ ਵਿੱਚ ਕਿਸੇ ਵੀ ਮੌਕੇ 'ਤੇ ਜੇ ਉਹ ਚਾਹੁੰਦੇ ਨੇ ਕਿ ਉਹਨਾਂ ਨੇ ਇੰਡੀਆ ਤੋਂ ਬਾਹਰ ਜਾਂ ਵਿਦੇਸ਼ ਕਿਸੇ ਵੀ ਮੁਲਕ ਦੇ ਵਿੱਚ ਕੋਈ ਕੰਮ ਕਰਨ ਜਾਣਾ ਜਾਂ ਮੇ ਬੀ ਮਾਈਗ੍ਰੇਟ ਕਰਨਾ ਕਿਸੇ ਵੀ ਰੀਜ਼ਨ ਤੋਂ ਤਾਂ ਉਹਨਾਂ ਨੂੰ ਜਿਹੜੀਆਂ ਉੱਥੇ ਆਉਣ ਵਾਲੀ ਦਿੱਕਤਾਂ ਹੈ ਉਹਨਾਂ ਦਾ ਸਾਹਮਣਾ ਘੱਟ ਕਰਨਾ ਪਏ ਅਸੀਂ ਉਹਨਾਂ ਨੂੰ ਤਿਆਰ ਕਰਦੇ ਹਾਂ ਉਸ ਚੀਜ਼ ਵਾਸਤੇ ਜੀ ਬਿਲਕੁਲ ਤੁਸੀਂ ਗੱਲ ਕੀਤੀ ਕਿ ਸਿਕਿਉਰਿਟੀ ਅੱਜ ਕੱਲ੍ਹ ਜਦੋਂ ਅਸੀਂ ਦੇਖਦੇ ਹਾਂ ਪਿਛਲੇ ਕਾਫੀ ਸਮੇਂ ਤੋਂ ਬਹੁਤ ਸਾਰੀਆਂ ਦੁਰਘਟਨਾਵਾਂ ਅਸੀਂ ਸੁਣੀਆਂ ਸਕੂਲਸ ਦੇ ਰਿਲੇਟਡ ਸਕੂਲ ਦੇ ਬੱਚਿਆਂ ਦੇ ਰਿਲੇਟਡ ਸਿਕਿਉਰਿਟੀ ਸਿਸਟਮ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਤੁਹਾਡਾ ਸਕੂਲ ਕੀ ਇੰਪੋਰਟੈਂਸ ਦਿੰਦਾ ਸਿਕਿਉਰਿਟੀ ਨੂੰ ਬਿਲਕੁਲ ਜੀ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਅਤੇ ਬਹੁਤ ਹੀ ਦੁੱਖ ਹੁੰਦਾ ਹੈ ਜਦੋਂ ਆਪਾਂ ਇਹ ਸਾਰੇ ਹਾਦਸੇ ਜਾਂ ਇਹੋ ਜਿਹੀ ਕੋਈ ਵੀ ਦੁਖਦ ਘਟਨਾਵਾਂ TV 'ਤੇ ਦੇਖਦੇ ਹਾਂ ਲੇਕਿਨ ਜਦੋਂ ਇਹ ਟਾਸਕ ਮੇਰੇ ਕੋਲ ਐਜ਼ ਅ ਪ੍ਰਿੰਸੀਪਲ ਆਇਆ ਕਿ ਜੇ ਇੱਕ ਸਕੂਲ ਚਲਾਉਣਾ ਦੈਟ ਵਾਜ਼ ਅ ਬਿਗੈਸਟ ਫੀਅਰ ਟਰੱਸਟ ਮੀ ਸਭ ਤੋਂ ਜ਼ਿਆਦਾ ਡਰ ਇਸੇ ਚੀਜ਼ ਦਾ ਸੀ ਕਿ ਸਿਕਿਉਰਿਟੀ ਵਾਸਤੇ ਆਪਾਂ ਕੀ ਐਕਸਟਰਾ ਕਰ ਸਕਦੇ ਹਾਂ ਹੈ ਨਾ ਬਿਕੋਜ਼ ਆਪਾਂ ਕਿਸੇ ਨੂੰ ਵੀ ਜੱਜ ਨਹੀਂ ਕਰ ਸਕਦੇ ਅੱਜ ਕੱਲ੍ਹ ਦਾ ਜਿਹੜਾ ਟਾਈਮ ਹੈ ਦੈਟਸ ਅਨਪ੍ਰਿਡਿਕਟੇਬਲ ਅਤੇ ਸਿਕਿਉਰਿਟੀ ਬੱਚਿਆਂ ਦੀ ਸਾਡਾ ਇੱਕ ਸਭ ਤੋਂ ਵੱਡਾ USP ਹੈ ਸਾਡੇ ਸਕੂਲ ਦਾ ਤੁਸੀਂ ਗੇਟ ਤੋਂ ਐਂਟਰ ਕਰੋਗੇ ਤੁਸੀਂ ਉੱਥੋਂ ਹੀ ਦੇਖੋਗੇ ਕਿ ਬਿਨਾਂ ਕਿਸੇ ਪਾਸ ਤੋਂ ਬਿਨਾਂ ਐਂਟਰੀ ਤੋਂ ਕਿਸੇ ਪਰਸਨ ਦੀ ਵੀ ਐਂਟਰੀ ਨਹੀਂ ਹੈ ਇਨਫੈਕਟ ਕੋਈ ਪਿੰਨ ਕੋਈ ਸਮਾਨ ਵੀ ਸਾਡੇ ਸਕੂਲ 'ਚ ਐਂਟਰ ਹੋਣਾ ਉਹ ਬਕਾਇਦਾ ਪਹਿਲਾਂ ਗਾਰਡ ਸਕੂਲ ਐਂਟਰ ਹੁੰਦਾ ਉਸ ਤੋਂ ਬਾਅਦ ਉਹਨਾਂ ਦਾ ਟਾਈਮ ਨੋਟ ਕੀਤਾ ਜਾਂਦਾ ਜਦ ਤੱਕ ਉਹ ਰਿਸੈਪਸ਼ਨ ਤੱਕ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਸ ਨੂੰ ਮਿਲਣਾ ਕਿਸ ਤਰ੍ਹਾਂ ਦਾ ਕੰਮ ਕਰਨਾ ਉਹ ਸਾਰੀ ਚੀਜ਼ਾਂ ਨੋਟਡ ਹੁੰਦੀਆਂ ਨੇ ਅਤੇ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਦੇ ਵਾਸਤੇ ਆਈ ਕਾਰਡਸ ਤਾਂ ਸਭ ਤੋਂ ਮਸਟ ਨੇ ਜੀ ਅਸੀਂ ਨਵਾਂ ਹੋਰ ਸਿਸਟਮ ਲੈ ਕੇ ਆ ਰਹੇ ਹਾਂ RFID ਸਿਸਟਮ ਜਿਹੜਾ ਕਿ ਡਿਜੀਟਲ ਆਈ ਕਾਰਡਸ ਦਾ ਸਿਸਟਮ ਹੈ ਕਿ ਬੱਚੇ ਦੀ ਮੂਵਮੈਂਟਸ ਮੋਨੀਟਰ ਕੀਤੀਆਂ ਜਾਣਗੀਆਂ ਮੋਨੀਟਰ ਇਨ ਦਾ ਸੈਂਸ ਜੇ ਬੱਚਾ ਵਾਸ਼ਰੂਮ ਗਿਆ ਠੀਕ ਹੈ ਜੀ ਤਾਂ ਉਹਦਾ ਬਕਾਇਦਾ ਟਾਈਮਰ ਸੈੱਟ ਹੋਏਗਾ ਕਿ ਜੇ 5 minutes ਦੇ ਅੰਦਰ ਅੰਦਰ ਬੱਚਾ ਬਾਹਰ ਨਹੀਂ ਆਉਂਦਾ ਤਾਂ ਉਹਦਾ ਅਲਾਰਮ ਵੱਜੇਗਾ ਫਰੰਟ ਆਫਿਸ ਦੇ ਵਿੱਚ ਜੇ 4 to 1 minute ਦੇ ਅੰਦਰ ਅੰਦਰ ਉਹਦੇ ਵਿੱਚ ਐਕਸ਼ਨ ਨਹੀਂ ਲਿੱਤਾ ਜਾਂਦਾ ਆਫਟਰ 4 minutes ਤਾਂ ਆਫਟਰ 1 minute ਨੈਕਸਟ ਐਡਮਿਨ ਹੈੱਡ ਦੇ ਆਫਿਸ 'ਚ ਅਲਾਰਮ ਹੋਏਗਾ ਇਸ ਤਰ੍ਹਾਂ ਦੇ ਹੋਰ ਵੀ ਕਈ ਨਵੇਂ ਸਿਸਟਮਸ ਅਸੀਂ ਇੰਟਰੋਡਿਊਸ ਕੀਤੇ ਨੇ ਬੱਚਾ ਕਲਾਸ ਤੋਂ ਬਾਹਰ ਜਾਂਦਾ ਜੀ ਇਸ ਵਕਤ ਵੀ ਤਾਂ ਉਹਨਾਂ ਦਾ ਇੱਕ ਸਟੂਡੈਂਟ ਆਊਟ ਪਾਸ ਹੈ ਜੇ ਅਸੀਂ ਗੱਲ ਕਰੀਏ ਜਦੋਂ ਅਸੀਂ ਆਏ ਸੀ ਤੁਹਾਡੇ ਸਕੂਲ ਵਿਜ਼ਿਟ ਕੀਤਾ ਅਸੀਂ ਉੱਥੇ ਦੇਖਿਆ ਸੀ ਤੁਸੀਂ ਬੱਚਿਆਂ ਨੂੰ ਲੰਚ ਵੀ ਪ੍ਰੋਵਾਈਡ ਕਰਦੇ ਹੋ ਬਟ ਬੱਚੇ ਲੰਚ ਘਰੋਂ ਵੀ ਲੈ ਕੇ ਆ ਸਕਦੇ ਫਿਰ ਲੰਚ ਪ੍ਰੋਵਾਈਡ ਕਰਨ ਪਿੱਛੇ ਤੁਹਾਡੀ ਕੀ ਸੋਚ ਸੀ ਹੁਣ ਜਿਵੇਂ ਤੁਸੀਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਜੀ 8 hours ਦਾ ਸਕੂਲ ਹੈ ਜਿਵੇਂ ਕਿ ਸਾਡਾ ਹੈ ਨਾ ਨੋਰਮਲ ਸਕੂਲ ਹੈ 1:30 ਤੱਕ ਓਵਰ ਹੁੰਦੇ ਨੇ ਸਾਡੇ ਬੱਚੇ ਇੱਥੇ 4 ਤੱਕ ਰਹਿੰਦੇ ਨੇ ਅਤੇ ਹੁਣ ਅਗਰ ਆਪਾਂ ਡਾਈਟ ਦੇਖੀਏ ਤਾਂ ਡਾਈਟ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਬੱਚੇ ਦਾ ਐਨਰਜੀ ਲੈਵਲ ਬੱਚੇ ਦਾ ਕੋਨਸਨਟ੍ਰੇਸ਼ਨ ਲੈਵਲ ਹੈ ਨਾ ਸਭ ਤੋਂ ਪਹਿਲਾਂ ਤਾਂ ਆਹੀ ਸੀਗਾ ਕਿ ਬੱਚੇ ਜਿਹੜੇ ਘਰੋਂ ਕੁਛ ਨਹੀਂ ਖਾ ਕੇ ਆਉਂਦੇ ਉਹ ਇੱਕ ਡਾਈਟ ਸੁਬਹਾ ਲੈਂਦੇ ਨੇ ਬ੍ਰੇਕਫਾਸਟ ਡਾਈਟ ਜਿਹਦੇ ਵਿੱਚ ਅਸੀਂ ਪੇਰੈਂਟਸ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਫਰੂਟਸ ਜਾਂ ਨਿਊਟ੍ਰੀਸ਼ਨ ਬ੍ਰੇਕਫਾਸਟ ਭੇਜੋ ਜਿਹੜਾ ਕਿ ਬ੍ਰੇਕਫਾਸਟ ਲੈਵਲ ਦਾ ਹੋਏ ਲੰਚ ਦੇ ਵਿੱਚ ਹੁਣ ਬੱਚੇ ਸਾਡਾ ਹੋਰ ਵੀ ਪਰਸਪੈਕਟਿਵ ਸੀਗਾ ਇੱਕ ਤਾਂ ਉਹਨਾਂ ਨੂੰ ਗਰਮ ਖਾਣਾ ਦੇਣਾ ਸਭ ਤੋਂ ਫੋਰਮੋਸਟ ਕਿਉਂਕਿ ਜੇ ਉਹ ਖਾਣਗੇ ਅੱਛੀ ਤਰ੍ਹਾਂ ਤਾਂ ਹੀ ਉਹਨਾਂ ਦਾ ਕੋਨਸਨਟ੍ਰੇਸ਼ਨ ਲੈਵਲ ਅਤੇ ਐਨਰਜੀ ਲੈਵਲ ਬਰਕਰਾਰ ਰਹੇਗਾ ਸੈਕਿੰਡਲੀ ਜਿਹੜੀ ਪ੍ਰੋਬਲਮਸ ਅਸੀਂ ਬੱਚਿਆਂ 'ਚ ਨੋਰਮਲੀ ਪਾਉਂਦੇ ਹਾਂ ਕਿ ਉਹ ਨਿਊਟ੍ਰੀਸ਼ੀਅਸ ਫੂਡ ਤੋਂ ਭੱਜਦੇ ਨੇ
ਜੇ ਆਪਾਂ ਘਰੇ ਉਹਨਾਂ ਨੂੰ ਸੋਇਆ ਦਈਏ, ਸੋਇਆ ਪਨੀਰ ਦਿਓ ਤੁਸੀਂ, ਦਾਲਾਂ ਦਿਓ, ਤਾਂ ਉਹਨਾਂ ਨੂੰ ਖਵਾਉਣਾ ਬਹੁਤ ਮੁਸ਼ਕਿਲ ਹੈ। ਹੁਣ ਉਸ ਮੈਨਿਊ ਦੇ ਵਿੱਚ ਸੋਇਆ ਡਾਇਟ ਵੀ ਆਉਂਦੀ ਹੈ, ਚੀਜ਼ ਡਾਇਟ ਵੀ ਆਉਂਦੀ ਹੈ, ਮਿਲਕ ਪ੍ਰੋਡਕਟਸ ਵੀ ਆਉਂਦੇ ਨੇ, ਕਾਰਬੋਹਾਈਡਰੇਟਸ ਵੀ ਆਉਂਦੇ ਨੇ, ਅਤੇ ਇਸ ਤਰ੍ਹਾਂ ਉਹ ਬੈਲੈਂਸਡ ਡਾਇਟ ਦੇ ਆਦੀ ਹੋ ਜਾਣ ਅਤੇ ਡਿਫਰੈਂਟ ਡਿਫਰੈਂਟ ਟੇਸਟਸ ਉਹ ਡਿਵੈਲਪ ਕਰ ਸਕਣ ਵੈਜੀਟੇਬਲਸ ਨੂੰ ਲੈ ਕੇ। ਇਹ ਸਭ ਤੋਂ ਵੱਡਾ ਸਾਡਾ ਇੱਕ ਉਹ ਸੀਗਾ ਮੋਟਿਵ ਮਿਡ ਡੇ ਮੀਲ ਇੰਟਰੋਡਿਊਸ ਕਰਨ ਪਿੱਛੇ। ਜੀ ਮੈਮ, ਜੇ ਗੱਲ ਕਰੀਏ ਅਚੀਵਮੈਂਟਸ ਦੀ, BBS ਇੰਡੋ ਕੈਂਟੀਨ ਸਕੂਲ ਬਹੁਤ ਵੱਖਰਾ ਹੈ, ਪਰ ਤੁਸੀਂ ਬਹੁਤ ਰਿਸਕ ਲੈ ਕੇ ਇਹਨੂੰ ਖੋਲਿਆ ਕਿ ਉਹਦੇ ਵਿੱਚ ਤੁਸੀਂ ਲੰਚ ਵੀ ਪ੍ਰੋਵਾਈਡ ਕਰ ਰਹੇ ਹੋ, ਸਿਕਿਉਰਟੀ ਸਿਸਟਮਸ ਵੀ ਨੇ। ਜੇ ਅਸੀਂ ਗੱਲ ਕਰੀਏ ਅਚੀਵਮੈਂਟਸ ਦੀ, ਹੁਣ ਤੱਕ ਕਿੰਨੇ ਕੁ ਅਚੀਵਮੈਂਟਸ BBS ਇੰਡੋ ਕੈਂਟੀਨ ਸਕੂਲ ਨੇ ਲਈਆਂ? ਸਭ ਤੋਂ ਵੱਡੀ ਅਚੀਵਮੈਂਟ ਤਾਂ ਜੀ ਸਾਡੀ ਫਸਟ ਈਅਰ 'ਚ ਇਹਨੇ ਵਧੀਆ ਨੰਬਰ ਨਾਲ ਸਕੂਲ ਖੋਲਣ ਦੀ ਹੈ। ਇੰਨਾ ਨਵਾਂ ਕੋਨਸੈਪਟ ਅਸੀਂ ਇੱਥੇ ਲੈ ਕੇ ਆਏ ਸੀ ਮਲੂਕਾ ਦੇ ਵਿੱਚ, ਅਤੇ ਲੋਕਾਂ ਨੇ ਸਾਨੂੰ ਬਹੁਤ ਵਧੀਆ ਰਿਸਪੋਂਸ ਦਿੱਤਾ। ਅਸੀਂ ਕਰੀਬ 250 ਬੱਚਿਆਂ ਦੀ ਸਟਰੈਂਥ ਨਾਲ ਫਸਟ ਸੈਸ਼ਨ ਓਪਨ ਕੀਤਾ ਜੀ, ਜੋ ਕਿ ਨੋਰਮਲੀ ਕਿਸੇ ਵੀ ਸਕੂਲ 'ਚ ਨਹੀਂ ਹੁੰਦਾ। ਇਹ ਸਭ ਤੋਂ ਵੱਡੀ ਅਚੀਵਮੈਂਟ ਹੈ, ਲੋਕਾਂ ਦਾ ਟਰੱਸਟ। ਦੂਜਾ ਅਗਰ ਅਸੀਂ ਗੱਲ ਕਰੀਏ ਅਚੀਵਮੈਂਟਸ, ਸਾਡੇ ਬੱਚਿਆਂ ਦਾ ਕੌਨਫੀਡੈਂਸ, ਜਿਹੜੇ ਬੱਚੇ 97% ਦੇ ਵੀ ਰਿਪੋਰਟ ਕਾਰਡ ਆਏ ਸੀ ਸਾਡੇ ਕੋਲ, 95-80+, ਹੈ ਨਾ, ਉਹਨਾਂ ਬੱਚਿਆਂ ਦੇ ਵਿੱਚ ਵੀ ਕੌਨਫੀਡੈਂਸ ਨਹੀਂ ਸੀਗਾ ਕਿ ਉਹ ਖੜ੍ਹੇ ਹੋ ਕੇ ਆਪਣੀ ਇੰਟਰੋਡਕਸ਼ਨ 5 ਲਾਈਨਾਂ ਦੇ ਵਿੱਚ ਵੀ ਦੇ ਸਕਣ। ਅਤੇ ਤੁਸੀਂ ਹੁਣ ਮੇਰੇ ਸਕੂਲ ਆਓ, ਨਰਸਰੀ ਦੇ ਬੱਚੇ ਨਾਲ ਵੀ ਤੁਸੀਂ ਇੰਗਲਿਸ਼ 'ਚ ਗੱਲ ਕਰੋ, ਪੂਰੀ ਪ੍ਰੇਅਰ ਪਲੈਜ ਉਹ ਖੁਦ ਬਕਾਇਦਾ ਬਿਨਾਂ ਦੇਖੇ ਮਾਈਕ 'ਤੇ ਬੜੇ ਕੌਨਫੀਡੈਂਟਲੀ ਬੋਲਦੇ ਨੇ। ਇਹ ਸਭ ਤੋਂ ਵੱਡੀ ਅਚੀਵਮੈਂਟ ਹੈ। ਨੈਕਸਟ ਅਚੀਵਮੈਂਟ ਹੈ ਸਾਡੇ ਪੇਰੈਂਟਸ, ਜਿਹੜੇ ਕਿ ਸਾਡੇ ਬੁੱਕਸ ਤੋਂ, ਸਾਡੇ ਕਰੀਕੁਲਮ ਅਤੇ ਸਾਡੇ ਸਿਸਟਮ ਤੋਂ ਕੰਪਲੀਟਲੀ ਸੈਟਿਸਫਾਈਡ ਨੇ। ਮਤਲਬ ਆਪਾਂ ਰੇਸ਼ੋ ਦੇਖਦੇ ਹਾਂ, ਅਸੀਂ ਕੰਟੀਨਿਊਸ ਪੇਰੈਂਟ ਓਰੀਐਂਟੇਸ਼ਨਸ ਕਰਦੇ ਹਾਂ ਜੀ। ਆਫਟਰ ਐਵਰੀ 1.5 ਮੰਥ ਵੀ ਗੋ ਵਿਜ਼ਿਟ ਦਾ ਪੇਰੈਂਟਸ ਐਟ ਦਰ ਹੋਮ। ਅਸੀਂ ਉਹਨਾਂ ਨੂੰ ਇੱਥੇ ਵੀ ਬੁਲਾਉਂਦੇ ਹਾਂ, ਅਤੇ ਜਦੋਂ ਅਸੀਂ ਉਹਨਾਂ ਨਾਲ ਉਹ ਕੰਸਰਨਸ, ਉਹਨਾਂ ਦੀ ਸ਼ਿਕਾਇਤਾਂ ਜਾਂ ਕਹਿ ਲਓ ਉਹਨਾਂ ਦੀ ਹੋਰ ਏਰੀਆ ਆਫ ਇੰਪਰੂਵਮੈਂਟ ਦੇ ਬਾਰੇ ਅਸੀਂ ਗੱਲ ਕਰਦੇ ਹਾਂ, ਤਾਂ ਉਹ ਸਾਨੂੰ ਥੈਂਕ ਯੂ ਹੀ ਕਹਿੰਦੇ ਨੇ ਕਿ ਮੈਮ ਬਹੁਤ ਵਧੀਆ ਤੁਸੀਂ ਸਕੂਲ ਚਲਾ ਰਹੇ ਹੋ, ਜਾਂ ਤੁਹਾਡਾ ਸਕੂਲ ਦਾ ਸਿਸਟਮ ਬਹੁਤ ਅੱਛਾ ਹੈ। ਉਹਨਾਂ ਦਾ ਇਹ ਫੀਡਬੈਕ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਹੈ। ਅਗਰ ਆਪਾਂ ਫੋਰਮਲੀ ਅਚੀਵਮੈਂਟਸ ਦੀ ਗੱਲ ਕਰੀਏ ਤਾਂ ਹਾਂਜੀ, ਆਫਕੋਰਸ ਅਵਾਰਡਸ ਵੀ ਮਿਲਦੇ ਨੇ, ਅਤੇ ਸਾਡੇ ਸਕੂਲ ਨੂੰ CED ਵੱਲੋਂ, ਦੈਟ ਇਜ਼ ਸੈਂਟਰਲ ਐਜੂਕੇਸ਼ਨ ਅਵਾਰਡ, ਉਹ ਸਾਨੂੰ ਬੈਸਟ ਇਨੋਵੇਟਿਵ ਸਕੂਲ ਦਾ ਅਵਾਰਡ ਹੁਣੇ ਮਿਲਿਆ ਜੀ, ਜਿਹਦੇ ਵਿੱਚ ਪੈਨ ਇੰਡੀਆ ਉਹਨਾਂ ਨੇ ਬੈਸਟ ਇਨੋਵੇਟਿਵ ਸਕੂਲ ਆਫ ਦ ਸਿਟੀ ਦਾ ਅਵਾਰਡ ਨਾਲ BBS ਨੂੰ ਨਵਾਜ਼ਿਆ ਜੀ। ਬੱਚਿਆਂ ਨੂੰ ਡਿਫਰੈਂਟ ਤਰੀਕੇ ਨਾਲ ਪੜ੍ਹਾਉਣ ਦੀ ਇਨੋਵੇਸ਼ਨਸ, ਸਾਡਾ ਕਰੀਕੁਲਮ, ਸਾਡੀ ਸਪੀਕਿੰਗ ਵਾਲਸ, ਇਹ ਸਾਰੀ ਇਨੋਵੇਸ਼ਨਸ। ਦੈਨ ਵੀ ਹੈਵ ਬੀਨ ਰਿਸੀਵਡ ਵਿਦ ਦ ਸਰਵਪੱਲੀ ਰਾਧਾ ਕ੍ਰਿਸ਼ਨਨ ਅਵਾਰਡ, ਉਹ ਸਾਡੀ ਲੜੀ ਦੇ ਵਿੱਚ ਦੂਜਾ ਅਵਾਰਡ ਹੈ। ਇਸ ਤਰ੍ਹਾਂ ਸਾਨੂੰ ਦੁਬਈ ਦੇ ਵਿੱਚ ਇੰਟਰਨੈਸ਼ਨਲ ਸਕੂਲ ਅਵਾਰਡਸ ਦੇ ਵਿੱਚ ਵੀ ਸਾਡਾ ਬੈਸਟ ਟੈਕਨੋਲੋਜੀ ਦਾ ਸਕੂਲ ਨੋਮੀਨੇਟ ਹੋਇਆ ਜੀ। ਤਾਂ ਇਹ ਹਜੇ ਵੀ ਇਨ ਪ੍ਰੋਸੈਸ ਹੈਗਾ, ਇਹ ਤਾਂ ਕੁਛ ਅਵਾਰਡਸ ਨੇ ਜਿਹੜੇ ਮੈਂ ਤੁਹਾਨੂੰ ਸ਼ੇਅਰ ਕੀਤੇ ਹੈ। ਹੁਣ ਅਪਕਮਿੰਗ ਫੈਬਰਰੀ ਦੇ ਵਿੱਚ ਵੀ ਸਾਨੂੰ ਸਕੂਲ ਨੂੰ ਨੋਮੀਨੇਟ ਕੀਤਾ ਗਿਆ ਹੈ। ਲੈਟਸ ਹੋਪ ਫੋਰ ਦਾ ਬੈਸਟ ਕਿ ਅਸੀਂ ਉਹ ਵੀ ਜ਼ਰੂਰ ਜਿੱਤੀਏ, ਜਿਹਦੇ ਵਿੱਚ 5500+ ਐਂਟਰੀਜ਼ ਨੇ। ਓਕੇ ਜੀ, ਫਿਰ ਤਾਂ ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਆਪਣੀ ਮੈਨੇਜਮੈਂਟ ਦੇ ਅੰਡਰ ਇੰਨੀ ਅਚੀਵਮੈਂਟਸ ਲਈਆਂ, ਉਹਦੇ ਲਈ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਹੈ। ਮੈਮ, ਜੇ ਗੱਲ ਕਰੀਏ ਸਕੂਲ ਦੀ ਗਰੋਥ ਦੀ, ਉਹ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਗਰੋਥ ਲਈ, ਸਕੂਲ ਦੀ ਗਰੋਥ ਬਹੁਤ ਜ਼ਰੂਰੀ ਹੈ, ਪਰ ਅਸੀਂ ਆਮ ਦੇਖਦੇ ਹਾਂ ਕਿ ਜਿਹੜੇ ਸਕੂਲਸ ਗਰੋ ਕਰਦੇ ਆ ਉਹ ਸੈਸ਼ਨ ਵਾਈਜ਼ ਕਰਦੇ ਆ। ਫਸਟ ਸੈਸ਼ਨ ਵਿੱਚ ਗਰਾਊਂਡ ਫਲੋਰ ਹੁੰਦਾ ਹੈ, ਫਿਰ ਫਸਟ ਫਲੋਰ, ਫਿਰ ਸੈਕਿੰਡ ਫਲੋਰ, ਇਸ ਤਰੀਕੇ ਨਾਲ ਹੁੰਦਾ ਹੈ। ਤੁਹਾਡਾ ਸਕੂਲ ਜਦੋਂ ਅਸੀਂ ਵਿਜ਼ਿਟ ਕੀਤਾ, ਆਲਰੇਡੀ ਸਾਰੀ ਕਲਾਸਿਸ ਬਣੀਆਂ ਹੋਈਆਂ ਨੇ ਜੀ, ਸਭ ਕੁਛ ਤੁਹਾਡੇ ਵੱਲ ਤਿਆਰ ਹੈ। ਨੈਕਸਟ ਸੈਸ਼ਨ ਵਿੱਚ ਜਾਂ ਜਿਹੜਾ ਹੁਣ ਸੈਸ਼ਨ ਆ ਰਿਹਾ, ਉਹਦੇ ਵਿੱਚ ਕੀ ਚੇਂਜਸ ਤੁਸੀਂ ਸੋਚ ਰਹੇ ਹੋਰ ਲੈ ਕੇ ਆਉਣ ਲਈ? ਸਾਡੇ ਸਕੂਲ ਦਾ ਵਿਜ਼ਨ ਥੋੜ੍ਹਾ ਜਿਹਾ ਹਾਈ ਐਂਡ ਹੈ। ਹਾਈ ਐਂਡ ਇਸ ਲਈ ਕਿਉਂਕਿ ਅਸੀਂ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਾਉਣਾ ਚਾਹ ਰਹੇ ਹਾਂ। ਉਹਦੇ ਵਾਸਤੇ ਇਨਫਰਾਸਟਰਕਚਰ ਬਹੁਤ ਵੱਡਾ ਰੋਲ ਪਲੇ ਕਰਦਾ। ਇਨਫਰਾਸਟਰਕਚਰ ਮਾਨੇ ਸੀਟਿੰਗ ਅਰੇਂਜਮੈਂਟ ਲਗਾ ਲਓ ਤੁਸੀਂ, ਉਸ ਤਰ੍ਹਾਂ ਦਾ ਕਲਾਸ ਦਾ ਐਟਮੋਸਫੇਅਰ ਕਿ ਬੱਚਾ ਕਿਸ ਐਟਮੋਸਫੇਅਰ ਦੇ ਵਿੱਚ ਪੜ੍ਹ ਰਿਹਾ। ਅਗਰ ਉਹ ਬੈਠਾ ਹੀ ਕੰਫਰਟੇਬਲ ਨਹੀਂ ਹੈ, ਆਪਣੇ ਵਾਂਗ ਹਿੱਲੀ ਜਾ ਰਿਹਾ, ਤਾਂ ਉਹ ਕੀ ਕੌਨਸਨਟਰੇਟ ਕਰੇਗਾ, ਹੈ ਨਾ? ਅਤੇ ਇਨਫਰਾਸਟਰਕਚਰ ਤੋਂ ਲੈ ਕੇ ਅਸੀਂ ਹਰ ਇੱਕ ਚੀਜ਼ 'ਤੇ ਵਰਕਆਊਟ ਕੀਤਾ। ਇਸ ਲਈ ਸਾਡੀ ਬਿਲਡਿੰਗ ਪਹਿਲਾਂ ਤੋਂ ਸੈੱਟ ਹੈ, ਬਿਕੋਜ਼ ਸਾਡਾ ਜਿਹੜਾ ਏਰੀਆ ਹੈ ਉਹ ਲਿਮਿਟਡ ਨਹੀਂ ਹੈ। ਅਸੀਂ ਬੱਚਿਆਂ ਨੂੰ ਅੱਗੇ ਆਉਣ ਵਾਲੇ ਸੈਸ਼ਨ 'ਚ ਵੋਕੇਸ਼ਨਲ ਟ੍ਰੇਨਿੰਗ ਵੀ ਦੇਣੀ ਹੈ, ਅਸੀਂ ਲਾਈਫ ਸਕਿੱਲਸ ਵਾਸਤੇ ਵੀ ਬਹੁਤ ਕੁਛ ਲੈ ਕੇ ਆ ਰਹੇ ਹਾਂ ਨਵਾਂ, ਜਿਹਦੇ ਵਾਸਤੇ ਆਫਕੋਰਸ ਬਿਲਡਿੰਗ ਅਤੇ ਇਨਫਰਾਸਟਰਕਚਰ ਦੀ ਤਾਂ ਬਿਲਕੁਲ ਜ਼ਰੂਰਤ ਪਏਗੀ। ਅਸੀਂ ਪਹਿਲੇ ਸਾਲ ਦੇ ਐਕਸਪੈਰੀਮੈਂਟ ਤੋਂ ਇਹ ਦੇਖਿਆ ਕਿ ਪ੍ਰੈਕਟੀਕਲ ਨੌਲੇਜ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਡਿਵੈਲਪ ਹੋਇਆ। ਮੈਮ, ਜੇ ਅਸੀਂ ਗੱਲ ਕਰੀਏ ਖਰਚੇ ਦੀ, ਮਤਲਬ
ਜਿਹੜੇ ਪੇਰੈਂਟਸ ਦੇਖ ਰਹੇ ਆ ਓਬਵੀਅਸਲੀ ਉਹਨਾਂ ਦੇ ਦਿਮਾਗ 'ਚ ਆਉਂਦਾ ਹੈ ਕਿ ਜਦੋਂ ਇੰਨਾ ਹਾਈ ਪ੍ਰੋਫਾਈਲ ਸਕੂਲ ਹੈ ਜਿਹੜਾ ਏਸੀ ਕਲਾਸਰੂਮ ਡਿਜੀਟਲਸ ਨੇ ਔਰ ਇੰਨੀ ਸਰਵਿਸਿਜ਼ ਦੇ ਰਿਹਾ ਲੰਚ ਵੀ ਦੇ ਰਿਹਾ ਵਿੱਚ ਹੀ ਔਰ ਟੈਕਨੋਲੋਜੀ ਵਾਈਜ਼ ਵੀ ਜਿੱਦਾਂ ਤੁਸੀਂ ਦੱਸਿਆ ਕਿ ਅਵਾਰਡਸ ਵੀ ਤੁਹਾਨੂੰ ਮਿਲੇ ਨੇ ਇੰਨਾ ਹਾਈ ਪ੍ਰੋਫਾਈਲ ਸਕੂਲ ਦੀ ਜਦੋਂ ਅਸੀਂ ਗੱਲ ਕਰੀਏ ਤਾਂ ਫੀਸ ਕਿਧਰੇ ਨਾ ਕਿਧਰੇ ਪੇਰੈਂਟਸ ਦੇ ਦਿਮਾਗ 'ਚ ਹੁੰਦਾ ਕਿ ਬਹੁਤ ਜ਼ਿਆਦਾ ਹੋਏਗੀ ਕੀ ਕਹੋਗੇ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਬਹੁਤ ਵੱਡਾ ਚੈਲੰਜ ਸੀ ਜੀ ਜੀ ਫੀਸ ਸਟਰਕਚਰ ਪਹਿਲਾਂ ਤਾਂ ਡਿਸਾਈਡ ਕਰਨਾ ਹੀ ਬਹੁਤ ਮੁਸ਼ਕਿਲ ਸੀ ਕਿਉਂਕਿ ਅਗਰ ਆਪਾਂ ਖਰਚੇ ਦੀ ਗੱਲ ਕਰੀਏ ਦੇਖੋ ਕੋਈ ਵੀ ਸਰਵਿਸ ਹੈ ਫਰੀ ਆਫ ਕੋਸਟ ਨਹੀਂ ਮਿਲਦੀ ਹੈ ਨਾ ਐਜ਼ ਅ ਪੇਰੈਂਟ ਮੈਂ ਉਮੀਦ ਕਰਦੀ ਹਾਂ ਕਿ ਮੇਰਾ ਬੱਚਾ ਇੰਗਲਿਸ਼ ਮੀਡੀਅਮ ਸਕੂਲ 'ਚ ਵੀ ਪੜ੍ਹੇ ਹੈ ਨਾ ਜੀ ਏ ਸੀ ਕਲਾਸਰੂਮ 'ਚ ਵੀ ਬੈਠੇ ਬਿਲਕੁਲ ਡਿਜੀਟਲ ਕਲਾਸਰੂਮ ਤਾਂ ਹੋਣਾ ਹੀ ਚਾਹੀਦਾ ਜੀ ਸਮਾਰਟ ਕਲਾਸ ਹਰ ਕਲਾਸ 'ਚ ਹੋਣੀ ਚਾਹੀਦੀ ਹੈ ਸਪੋਰਟਸ ਵੀ ਮੇਰੇ ਬੱਚੇ ਦੇ ਬਹੁਤ ਵਧੀਆ ਹੋਣੇ ਚਾਹੀਦੇ ਜੇ ਟਿਊਸ਼ਨ ਮਿਲ ਜੇ ਤਾਂ ਉਸ ਤੋਂ ਵੀ ਵਧੀਆ ਖਾਣਾ ਮਿਲ ਜੇ ਤਾਂ ਹੋਰ ਵੀ ਵਧੀਆ ਹੈ ਨਾ ਅਤੇ ਉਮੀਦਾਂ ਜਿਸ ਹਿਸਾਬ ਨਾਲ ਵੱਧਦੀਆਂ ਆਪਾਂ ਇਹ ਨਹੀਂ ਸੋਚਦੇ ਕਿ ਕੋਈ ਵੀ ਸਰਵਿਸ ਹੈ ਉਹਦੇ ਵਾਸਤੇ ਆਪਾਂ ਪੇ ਤਾਂ ਕਰਦੇ ਹੀ ਹਾਂ ਨਾ ਜੀ ਅਤੇ ਇਨ ਕੰਪੈਰੀਜ਼ਨ ਅਗਰ ਐਨੀ ਫੈਸਿਲਿਟੀਜ਼ ਤੁਸੀਂ ਜੇ ਕੰਪੇਅਰ ਕਰੋ ਕਿਸੇ ਵੀ ਹੋਰ ਅੱਛੇ ਨਾਮੀ ਗ੍ਰਾਮੀ ਸਕੂਲ ਨਾਲ ਤਾਂ ਇਹਦਾ ਫੀਸ ਸਟਰਕਚਰ ਤੁਸੀਂ 5 to 6 ਗੁਣਾ ਜ਼ਿਆਦਾ ਹੀ ਪਾਓਗੇ ਅਤੇ ਸਾਡਾ BBS ਇੰਡੋ ਕੈਨੇਡੀਅਨ ਸਕੂਲ ਦਾ ਫੀਸ ਸਟਰਕਚਰ ਬਹੁਤ ਹੀ ਨੋਮੀਨਲ ਹੈ ਅਤੇ ਬਹੁਤ ਹੀ ਵਾਜਿਬ ਅਸੀਂ ਫੀਸ ਰੱਖੀ ਹੈ ਸਕੂਲ ਦੀ ਤੁਸੀਂ ਬਕਾਇਦਾ ਕੰਪੇਅਰ ਕਰ ਸਕਦੇ ਨੇ ਸਾਡੇ ਪੇਰੈਂਟਸ ਮੈਮ ਅਸੀਂ ਹੁਣ ਤੱਕ ਗੱਲ ਕੀਤੀ ਕਿ BBS ਇੰਡੋ ਕੈਨੇਡੀਅਨ ਸਕੂਲ ਆਪਣੇ ਬੱਚਿਆਂ ਦੀ ਅਪਲਿਫਟਮੈਂਟ ਲਈ ਬਹੁਤ ਕੁਛ ਕਰ ਰਿਹਾ ਜੇ ਗੱਲ ਕਰੀਏ ਸਟਾਫ ਦੀ ਟੀਚਰਸ ਦੀ ਉਹਨਾਂ ਨੂੰ ਅਪਡੇਟ ਕਰਨ ਲਈ ਤੁਸੀਂ ਕੀ ਸਰਵਿਸਿਸ ਦੇ ਰਹੇ ਹੋ ਟੀਚਰਸ ਕਿਸੇ ਵੀ ਸਕੂਲ ਦੇ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਜੀ ਕਿਉਂਕਿ ਉਹੀ ਫੇਸ ਹੁੰਦੇ ਨੇ ਅਤੇ ਉਹੀ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਬਣਾ ਅਤੇ ਵਿਗਾੜ ਸਕਦੇ ਨੇ ਬਿਲਕੁਲ ਟੀਚਰਸ ਆਪਾਂ ਦੇਖਦੇ ਹਾਂ ਜੀ ਅੱਜ ਕੱਲ੍ਹ ਬਹੁਤ ਸਾਰੇ ਆਪਾਂ BEd ਟ੍ਰੇਨ ਟੀਚਰਸ ਦੇਖ ਲਈਏ ਜਾਂ ਦੂਸਰੇ ਸਟੇਟਸ ਤੋਂ ਆਏ ਟੀਚਰਸ ਦੇਖ ਲਈਏ ਹੈ ਨਾ ਇੱਕ ਸਕੂਲ ਨੂੰ ਚਲਾਉਣ ਵਾਸਤੇ ਪ੍ਰਿੰਸੀਪਲ ਔਰ ਮੈਨੇਜਮੈਂਟ ਦਾ ਸਭ ਤੋਂ ਵੱਡਾ ਚੈਲੰਜ ਅੱਜ ਕੱਲ੍ਹ ਟੀਚਰਸ ਹੀ ਨੇ ਆਪਾਂ ਦੂਸਰੇ ਸਟੇਟਸ ਤੋਂ ਟੀਚਰਸ ਲੈ ਆਉਂਦੇ ਹਾਂ ਬਟ ਆਪਾਂ ਇਹ ਨਹੀਂ ਦੇਖਦੇ ਕਿ ਉਹ ਇਸ ਰੀਜਨਲ ਨੀਡ ਨੂੰ ਪੂਰਾ ਕਰ ਪਾ ਰਹੇ ਨੇ ਕਿ ਨਹੀਂ ਰਾਈਟ ਬੱਚੇ ਉਹਨਾਂ ਨਾਲ ਕਮਿਊਨੀਕੇਟ ਕਰ ਪਾ ਰਹੇ ਕਿ ਨਹੀਂ ਉਹਨਾਂ ਦੀ ਲੈਂਗੁਏਜ ਬੇਸ਼ੱਕ ਸਪੋਜ਼ ਆਪਾਂ ਕਿਸੇ ਵੀ ਸਟੇਟ ਤੋਂ ਲੈ ਕੇ ਆਉਂਦੇ ਇੰਗਲਿਸ਼ ਬਹੁਤ ਅੱਛੀ ਹੈ ਜੀ ਉਹਨਾਂ ਦਾ ਨੌਲੇਜ ਪਾਵਰ ਕਿੰਨਾ ਹੈ ਉਹ ਉਸ ਬੱਚੇ ਉਸ ਇੰਗਲਿਸ਼ ਨੂੰ ਸਮਝ ਪਾ ਰਹੇ ਨੇ ਕਿ ਨਹੀਂ ਇਹ ਸਾਰੀ ਚੀਜ਼ਾਂ ਹੀ ਬਲੈਂਡ ਹੁੰਦੀਆਂ ਨੇ ਟ੍ਰੇਨਿੰਗ ਦੇ ਨਾਲ ਜੀ ਅਤੇ ਅਸੀਂ ਆਪਣੇ ਟੀਚਰਸ ਦੀ ਰੈਗੂਲਰ ਟ੍ਰੇਨਿੰਗ ਕਰਦੇ ਹਾਂ ਜੀ ਸਾਡਾ ਮੰਡੇ ਟੂ ਫਰਾਈਡੇ 5-day ਸਕੂਲ ਹੈ ਜਿਹੜਾ ਸੈਟਰਡੇ ਸਕੂਲ ਹੈ ਦੈਟਸ ਓਨਲੀ ਵਰਕਿੰਗ ਫੋਰ ਟੀਚਰਸ ਜਿਹਦੇ ਵਿੱਚ ਸਾਡੇ 8 hours ਹੀ ਸਕੂਲ ਚੱਲਦਾ ਹੈ 6 hours ਆਰ ਓਨਲੀ ਫੋਰ ਟ੍ਰੇਨਿੰਗ ਜਿਹਦੇ ਵਿੱਚ ਰੈਗੂਲਰ ਸਾਡੇ ਟ੍ਰੇਨਰਸ ਸਕੂਲ ਦੇ ਆਈ ਐਮ ਮਾਈਸੈਲਫ ਅ ਟੀਚਰ ਟ੍ਰੇਨਰ ਪਲੱਸ ਸਾਡੇ ਐਡਵਾਈਜ਼ਰੀ ਮਿਸਿਸ ਬੀਨਾ ਰਾਓ BR ਕੰਸਲਟੈਂਟਸ ਦੀ ਪੂਰੀ ਟੀਮ ਸਾਡੇ ਨਾਲ ਟ੍ਰੇਨਿੰਗ ਨਾਲ ਜੁੜੇ ਹੋਏ ਨੇ ਅਤੇ ਐਵਰੀ ਸੈਟਰਡੇ ਆਰ ਕਮਿੰਗ ਐਂਡ ਟ੍ਰੇਨਿੰਗ ਆਰ ਟੀਚਰਸ ਫੋਰ ਦੋਸ ਮੈਮ ਅਸੀਂ ਗੱਲ ਕਰ ਲਈ ਸਟੂਡੈਂਟਸ ਬਾਰੇ ਅਸੀਂ ਗੱਲ ਕਰ ਲਈ ਟੀਚਰਸ ਬਾਰੇ ਜੇ ਗੱਲ ਕਰੀਏ ਬੱਚਿਆਂ ਦੇ ਪੇਰੈਂਟਸ ਨਾਲ ਤੁਸੀਂ ਕਿਵੇਂ ਕਨੈਕਟੀਵਿਟੀ ਆਪਣੀ ਬਣਾਉਂਦੇ ਹੋ ਦੇਖੋ ਜੀ ਕੋਈ ਵੀ ਸਿਸਟਮ ਹੈ ਉਦੋਂ ਤੱਕ ਜਦੋਂ ਸਾਰੇ ਸਟੇਕ ਹੋਲਡਰਸ ਇਨਵੋਲਵ ਨਹੀਂ ਹੁੰਦੇ ਉਦੋਂ ਤੱਕ ਉਹ ਸਿਸਟਮ ਕਾਮਯਾਬ ਨਹੀਂ ਹੁੰਦਾ ਸਕੂਲ ਦੇ ਵਿੱਚ ਸਟੇਕ ਹੋਲਡਰਸ ਸਾਡੇ ਮੈਨੇਜਮੈਂਟ ਸਾਡੇ ਟੀਚਰਸ ਸਾਡੇ ਸਟੂਡੈਂਟਸ ਅਤੇ ਮੋਸਟ ਇੰਪੋਰਟੈਂਟ ਸਾਡੇ ਪੇਰੈਂਟਸ ਨੇ ਟੀਚਰਸ ਵਾਸਤੇ ਅਸੀਂ ਰੈਗੂਲਰ ਟ੍ਰੇਨਿੰਗਸ ਅਪਗ੍ਰੇਡੇਸ਼ਨਸ ਕਰਦੇ ਹਾਂ ਜੀ ਬੱਚਿਆਂ ਵਾਸਤੇ ਸਾਡੇ ਕੋਲ ਸਟੂਡੈਂਟ ਕਾਊਂਸਲਰ ਵੀ ਨੇ ਜਿਹੜੇ ਉਹਨਾਂ ਨੂੰ ਟਾਈਮ ਟੂ ਟਾਈਮ ਇਮੋਸ਼ਨਲੀ ਕਾਊਂਸਲ ਵੀ ਕਰਦੇ ਨੇ ਟੀਚਰਸ ਉਹਨਾਂ ਨੂੰ ਅਕੈਡਮਿਕਲੀ ਬੂਸਟ ਕਰਦੇ ਨੇ ਅਤੇ ਹੁਣ ਸਾਡੇ ਥਰਡ ਪਾਰਟ ਰਹਿ ਜਾਂਦੇ ਨੇ ਸਾਡੇ ਪੇਰੈਂਟਸ ਪੇਰੈਂਟਸ ਵਾਸਤੇ ਵੀ ਸਾਡਾ ਸਕੂਲ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਜੀ ਅਸੀਂ ਰੈਗੂਲਰ ਪੇਰੈਂਟ ਓਰੀਐਂਟੇਸ਼ਨਸ ਰੱਖਦੇ ਹਾਂ ਸਾਡਾ ਕੋਈ ਇਹ ਸਿਸਟਮ ਨਹੀਂ ਕਿ ਸਿਰਫ PTM 'ਤੇ ਹੀ ਮਿਲਣਾ ਜਾਂ ਜਦੋਂ ਸਾਡੀ ਐਂਡ ਆਫ ਦਾ ਸੈਸ਼ਨ ਆਇਆ ਉਦੋਂ ਹੀ ਇੱਕ ਪੇਰੈਂਟ ਓਰੀਐਂਟੇਸ਼ਨ ਕਰਨੀ ਹੈ ਸਾਡੇ ਸਕੂਲ 'ਚ ਇਹ ਆਫਟਰ ਐਵਰੀ 1.5 months ਅਸੀਂ ਪੇਰੈਂਟਸ ਨਾਲ ਰੈਗੂਲਰ ਓਰੀਐਂਟੇਸ਼ਨਸ ਕਰਦੇ ਹਾਂ ਕੌਫੀ ਵਿਦ ਚੇਅਰਮੈਨ ਕੌਫੀ ਵਿਦ ਪ੍ਰਿੰਸੀਪਲ ਇਹ ਇੱਕ ਸਾਡੀ ਡੇਲੀ ਰੂਟੀਨ ਦਾ ਹੀ ਹੈ ਸੈਕਿੰਡਲੀ ਅਸੀਂ ਹਰ ਸੈਟਰਡੇ ਓਪਨ ਕੀਤਾ ਆਪਣੇ ਪੇਰੈਂਟਸ ਵਾਸਤੇ ਕਿ ਉਹ ਅਪੋਇੰਟਮੈਂਟ ਲੈ ਕੇ ਸਕੂਲ 'ਚ ਟੀਚਰਸ ਅਤੇ ਪ੍ਰਿੰਸੀਪਲ ਨੂੰ ਵਿਜ਼ਿਟ ਕਰ ਸਕਦੇ ਨੇ ਵਿਦਇਨ ਸਕੂਲ ਵਰਕਿੰਗ ਆਵਰਸ ਪਲੱਸ ਅਸੀਂ ਇੱਕ ਹੈਲਪਲਾਈਨ ਵੀ ਦਿੱਤੀ ਹੈ ਉਹਨਾਂ ਨੂੰ ਜੀ 10 to 12 ਦੇ ਵਿੱਚ ਬਕਾਇਦਾ ਨੰਬਰ ਸ਼ੇਅਰ ਕੀਤਾ ਗਿਆ ਜਿਹਦੇ ਵਿੱਚ ਉਹ ਕਿਸੇ ਵੀ ਬੱਚੇ ਰਿਲੇਟਡ ਇਸ਼ੂ ਚਾਹੇ ਉਹ ਬਿਹੇਵੀਅਰਲ ਇਸ਼ੂ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਅਕੈਡਮਿਕ ਇਸ਼ੂ ਹੈ ਉਹ ਸਾਨੂੰ ਡਾਇਰੈਕਟ ਉਸ ਫੋਨ ਕਾਲ 'ਤੇ ਐਡਰੈਸ ਕਰਕੇ ਆਪਣੀ ਪ੍ਰੋਬਲਮ ਦਾ ਸਲਿਊਸ਼ਨ ਲੈ ਸਕਦੇ ਨੇ ਮੈਮ ਵੈਸੇ ਜੇ ਅਸੀਂ ਗੱਲ ਕਰੀਏ ਤੁਹਾਡੇ ਸਕੂਲ ਦੀ ਬਾਕੀ ਸਕੂਲਾਂ ਨਾਲੋਂ ਵੈਸੇ ਹੀ ਇਹਦਾ ਐਜੂਕੇਸ਼ਨ ਸਿਸਟਮ ਬਹੁਤ ਵੱਖਰਾ ਹੈ ਪਰ ਜੇ ਅਸੀਂ ਗੱਲ ਕਰੀਏ ਤੁਹਾਡੇ ਆਪਣੇ ਸਕੂਲ ਦੀ ਹੋਰ ਨੈਕਸਟ ਐਜੂਕੇਸ਼ਨ ਸਿਸਟਮ ਵਿੱਚ ਕੀ ਚੇਂਜਸ ਜਾਂ ਕੀ ਨਵਾਂ ਲੈ ਕੇ ਆ ਰਹੇ ਹੋ ਦੇਖੋ ਜੀ ਇੱਕ ਤਾਂ ਅਪੀਲ ਹੀ ਹੈ
ਆਪਣੇ ਇੱਥੇ ਐਜੂਕੇਸ਼ਨ ਸਿਸਟਮ ਦੇ ਜਿਹੜੇ ਵੀ ਲੀਡਰਸ ਨੇ ਉਹਨਾਂ ਨੂੰ ਕਿ ਆਪਾਂ ਐਕਸਪੈਰੀਮੈਂਟੇਸ਼ਨ ਜ਼ਰੂਰ ਕਰੀਏ ਲੇਕਿਨ ਸੋਚ ਸਮਝ ਕੇ ਕਰੀਏ। ਬੱਚੇ ਹੈ ਜਿਹੜੇ ਉਹ ਬਹੁਤ ਉਲਝ ਜਾਂਦੇ ਨੇ, ਕਿਉਂ? ਕਿਉਂਕਿ ਹਰ ਸਕੂਲ ਰਿਜ਼ਲਟ ਓਰੀਐਂਟਡ ਹੈ, ਰਾਈਟ? ਜਿਵੇਂ ਜਿਵੇਂ ਇੰਸਟਰਕਸ਼ਨਸ ਆਉਂਦੀਆਂ, ਸਕੂਲਸ ਆਪਣੇ ਸਿਸਟਮਸ, ਆਪਣੇ ਐਜੂਕੇਸ਼ਨ ਪੈਟਰਨ, ਆਪਣੇ ਕੁਐਸਚਨ ਪੈਟਰਨ ਸਭ ਕੁਝ ਚੇਂਜ ਕਰਦਾ। ਉਹਦਾ ਅਲਟੀਮੇਟ ਇਫੈਕਟ ਬੱਚਿਆਂ 'ਤੇ ਆਉਂਦਾ ਅਤੇ ਬਹੁਤ ਸੋਚ ਸਮਝ ਕੇ ਸਾਨੂੰ ਇਹਦੀ ਪੋਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ ਅਤੇ ਬਹੁਤ ਹੀ ਵਿਚਾਰ ਕਰਕੇ ਇਹਨੂੰ ਇੰਪਲੀਮੈਂਟੇਸ਼ਨ 'ਤੇ ਲੈ ਕੇ ਆਉਣਾ ਚਾਹੀਦਾ। BBS ਇੰਡੋ ਕੈਨੇਡੀਅਨ ਸਕੂਲ ਬਹੁਤ ਹੀ ਵੱਖਰੇ ਕੋਨਸੈਪਟ ਨਾਲ ਚੱਲ ਰਿਹਾ ਅਤੇ ਬਹੁਤ ਹੀ ਚੈਲੇਂਜਸ ਸਾਨੂੰ ਇਸ ਸਿਸਟਮ ਨੂੰ ਚਲਾਉਣ ਵਾਸਤੇ ਫੇਸ ਕਰਨੇ ਪੈ ਰਹੇ ਨੇ। ਬਹੁਤ ਸਾਰੇ ਆਪਣੇ ਪੇਰੈਂਟਸ, ਬੀਂਗ ਅ ਪੇਰੈਂਟ ਮਾਈ ਸੈਲਫ, ਅਗਰ ਆਪਾਂ ਵੀ ਸੋਚੀਏ, ਆਪਾਂ ਬੇਸਿਕਲੀ ਆ ਕੇ ਉੱਥੇ ਖੜੇ ਹੋ ਜਾਂਦੇ ਹਾਂ, ਬੁੱਕਸ, ਨੰਬਰਸ। ਬਿਲਕੁਲ। ਅਲਟੀਮੇਟਲੀ ਬੱਚਾ ਐਂਡ ਆਫ ਦਾ ਡੇ 8 ਘੰਟੇ ਸਕੂਲ 'ਚ ਰਹਿ ਕੇ ਸਿੱਖ ਕੇ ਕੀ ਗਿਆ? ਇਸ 'ਤੇ ਕਿਸੇ ਦਾ ਧਿਆਨ ਨਹੀਂ ਹੁੰਦਾ। ਇਹੀ ਸਾਡੀ ਨਵੀਂ ਇੱਕ ਸੋਚ ਅਤੇ ਨਵਾਂ ਹੀ ਚੈਲੇਂਜ ਹੈ ਜਿਹੜਾ ਕਿ ਅਸੀਂ ਡੇ ਟੂ ਡੇ ਇਹਨੂੰ ਰਨ ਕਰ ਰਹੇ ਹਾਂ ਅਤੇ ਫੇਸ ਕਰ ਰਹੇ ਹਾਂ। ਅਤੇ ਮੈਂ ਇਹੀ ਉਮੀਦ ਕਰਦੀ ਹਾਂ ਕਿ ਸਾਡੇ ਪੇਰੈਂਟਸ ਸਾਡੇ 'ਤੇ ਵਿਸ਼ਵਾਸ ਰੱਖਣ ਅਤੇ ਇਸ ਨਵੇਂ ਐਜੂਕੇਸ਼ਨ ਪੈਟਰਨ ਨੂੰ ਐਕਸੈਪਟ ਕਰਨ। ਹਰ ਚੀਜ਼ ਨੂੰ ਅਪਣਾਉਣ ਵਿੱਚ ਥੋੜ੍ਹਾ ਟਾਈਮ ਲੱਗਦਾ, ਲੇਕਿਨ ਇੱਕ ਫੇਥ, ਇੱਕ ਟਰੱਸਟ ਬਹੁਤ ਜ਼ਰੂਰੀ ਹੈ। BBS ਇੰਡੋ ਕੈਨੇਡੀਅਨ ਸਕੂਲ ਵੱਲੋਂ ਮੈਂ ਤਾਂ ਇਹੀ ਅਪੀਲ ਕਰੂੰਗੀ ਕਿ ਹੈਵ ਫੇਥ ਇਨ ਦਾ ਸਿਸਟਮ, ਹੈਵ ਫੇਥ ਇਨ ਦਾ ਮੈਨੇਜਮੈਂਟ। ਸਾਡੇ ਸਕੂਲ ਦੇ ਚੇਅਰਮੈਨ ਬਾਬਾ ਯਸ਼ਪ੍ਰੀਤ ਜੀ, ਉਹਨਾਂ ਦੀ ਸੋਚ, ਉਹਨਾਂ ਦਾ ਵਿਜ਼ਨ, ਉਹਨਾਂ 'ਤੇ ਫੇਥ ਰੱਖੋ ਅਤੇ ਬਿਲੀਵ ਰੱਖੋ ਕਿ ਜ਼ਰੂਰ ਅਸੀਂ ਇਸ ਐਜੂਕੇਸ਼ਨ ਫੀਲਡ ਵਿੱਚ ਕੁਛ ਨਾ ਕੁਛ ਡਿਫਰੈਂਟ ਹੀ ਲੈ ਕੇ ਆਏ ਹਾਂ ਅਤੇ ਬਹੁਤ ਹੀ ਅੱਛੇ ਤਰੀਕੇ ਨਾਲ ਅਸੀਂ ਉਹਨੂੰ ਸਫਲ ਬਣਾਵਾਂਗੇ। ਜੀ ਮੈਮ, ਵੈਸੇ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਗੱਲਾਂ ਬਾਤਾਂ ਕਰੀਏ ਤੁਹਾਡੇ ਇੰਨੇ ਅੱਛੇ ਔਰ ਹਾਈ ਪ੍ਰੋਫਾਈਲ ਸਕੂਲ ਬਾਰੇ। ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ।